ਬੀਤੇ ਦਿਨੀ ਸੁਖਬੀਰ ਬਾਦਲ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਮਿਲੇ, ਜਿਸ ਦੌਰਾਨ ਆਪਰੇਸ਼ਨ ਬਲਿਊ ਸਟਾਰ ਦਾ ਮੁੱਦਾ ਚੁੱਕਿਆ ਗਿਆ ਅਤੇ ਫੌਜ ਵੱਲੋਂ ਲਿਜਾਇਆ ਗਿਆ ਰਿਕਾਰਡ ਵੀ ਵਾਪਸ ਮੰਗਿਆ ਗਿਆ। ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ 309 ਸਿੱਖਾਂ ਨੇ ਫੌਜ ਛੱਡੀ ਸੀ ਅਤੇ ਉਹਨਾਂ ਲਈ ਪੈਨਸ਼ਨ ਦੀ ਵੀ ਮੰਗ ਕੀਤੀ ਗਈ। ਹੋਮ ਮਿਨਿਸਟਰ ਸਾਹਿਬ ਸੇ ਬਾਤ ਕੀ ਹੈ ਕਿ ਉਸ ਦਿਨ ਜਬ ਆਰਮੀ ਨੇ ਅਟੈਕ ਕੀਆ, ਜੋ ਹਮਾਰੀ ਹਿਸਟਰੀ ਥੀ, ਜੋ ਹਮਾਰਾ ਇਤਿਹਾਸ ਥਾ, ਗੁਰੂ ਸਾਹਿਬਾਨ ਕੇ ਟਾਈਮ ਕਾ ਜੋ ਰੈਲਿਕਸ ਥੇ, ਬੁੱਕਸ ਥੀ, ਜੋ ਹਿਸਟਰੀ ਥੀ, ਸਾਰਾ ਰਿਕਾਰਡ, ਲਾਇਬ੍ਰੇਰੀ, ਸਾਰਾ ਰਿਕਾਰਡ ਇੰਡੀਅਨ ਆਰਮੀ ਵਹਾਂ ਸੇ ਉਠਾ ਕੇ ਲੈ ਗਈ। ਹਮ 34 ਸਾਲ ਸੇ ਵੋ ਰਿਕਾਰਡ ਮੰਗ ਰਹੇ ਹੈ, ਅਭੀ ਤੱਕ ਹਮੇ ਰਿਕਾਰਡ ਨਹੀਂ ਦੀਆ ਗਿਆ। ਸੋ ਹਮਨੇ ਰਿਕੁਐਸਟ ਕੀਆ ਕਿ ਇਹ ਜੋ ਅਟੈਕ ਕੀਆ ਉਸ ਪਰ ਰਿਕਾਰਡ ਹਮੇ, ਹਿਸਟਰੀ ਜੋ ਹਮਾਰਾ ਇਤਿਹਾਸ ਹੈ, ਵੋ ਹਮੇ ਵਾਪਸ ਇੱਕ ਮਿੰਟ ਕੋ ਚਾਹੀਏ। ਤਕਰੀਬਨ 309 ਆਰਮੀ ਪਰਸਨਲ ਜੋ ਸਿੱਖ ਥੇ, ਇਮੋਸ਼ਨਲ ਹੋ ਗਏ, ਉਹਨਾਂ ਨੇ ਆਰਮੀ ਛੋੜ ਦੀ, ਇਮੋਸ਼ਨਲ ਹੋ ਗਏ, ਕਿਉਂਕਿ ਉਨਕੇ ਪਵਿੱਤਰ ਸਥਾਨ ਪੇ ਟੈਂਕੋ ਤੋਪੋ ਮੇ ਹਮਲਾ ਹੁਆ, ਸੋ ਉਹਨੇ ਆਰਮੀ ਛੋੜ ਦੀ। ਹਮਨੇ ਅੱਜ ਹੋਮ ਮਿਨਿਸਟਰ ਸਾਹਿਬ ਤੋਂ ਰਿਕੁਐਸਟ ਕੀ ਹੈ ਕਿ ਉਨਕੀ ਜੋ ਉਹ ਜੋ ਫੈਮਲੀਜ਼ ਹੈ, ਔਰ ਜੋ ਜੋ ਜਿਤਨੇ ਵੀ ਲੋਕ ਬਚੇ ਹੈ, ਉਨਕੋ ਕਮ ਸੇ ਕਮ ਪੈਨਸ਼ਨ ਤੋਂ ਮਿਲਣੀ ਚਾਹੀਏ, ਕਿਉਂਕਿ ਉਹਨਾਂ ਨੇ ਜੋ ਕੀਆ ਇਮੋਸ਼ਨ ਹੋ ਕੇ ਕੀਆ, ਐਸੇ ਤੋਂ ਕੀਆ ਨਹੀਂ ਹੈ। ਸੋ ਉਸ ਬਹੁਤ ਸੋ ਇਸ ਲਈ ਉਨਕੋ ਉਨਕੀ ਪੈਨਸ਼ਨ ਇਮੀਡੀਏਟਲੀ, ਜੋ ਆਰਮੀ ਧਰਮੀ ਫੌਜੀ ਹੈ ਹਮਾਰੇ, ਉਨਕੋ ਸਰਕਾਰੀ ਪੈਨਸ਼ਨ ਜ਼ਰੂਰ ਮਿਲਣੀ ਚਾਹੀਏ। ਵੋ ਜਬ 309 ਲੋਕ ਥੇ, ਤਬ ਜਬ 300, ਅਬ ਮੁਝੇ ਲਗਤਾ 100 ਕੇ ਕਰੀਬ ਰਹਿ ਗਏ। ਗੁਰੂ ਨਾਨਕ ਪਾਤਸ਼ਾਹ ਕਾ 550 ਸਾਲ ਪ੍ਰਕਾਸ਼ ਉਤਸਵ ਆ ਰਿਹਾ, 4 ਮਹੀਨੇ ਰਹਿ ਗਏ ਹੈ। ਹੋਮ ਮਿਨਿਸਟਰ ਸਾਹਿਬ ਕੇ ਨੀਚੇ ਇੱਕ ਕਮੇਟੀ ਹੈ ਜੋ ਸੈਲੀਬ੍ਰੇਸ਼ਨ ਸਾਰੀ ਓਵਰਸੀ ਕਰਦੀ ਹੈ। ਹਮਨੇ ਰਿਕੁਐਸਟ ਕੀ ਇਮੀਡੀਏਟਲੀ ਉਸਕੀ ਮੀਟਿੰਗ ਕਰਾਈ ਜਾਏ ਕਿ ਇਹ ਸੈਲੀਬ੍ਰੇਸ਼ਨ ਅਬ ਤੋਂ ਸ਼ੁਰੂ ਹੋਣੀ ਚਾਹੀਏ, ਅਭੀ ਤਾਂ ਸ਼ੁਰੂ ਹੋ ਜਾਣੀ। ਇੱਕ ਮਿੰਟ, ਮੈਂ ਪਹਿਲੇ ਆਪਣੀ ਬਾਤ, ਹਮਨੇ ਇਹ ਜੋ ਕੀਆ ਕਿ ਇਹ ਸੈਲੀਬ੍ਰੇਸ਼ਨ ਲਾਰਜ ਸਕੇਲ ਮੇ ਹੋਣੀ ਹੈ, ਸੋ ਇਹ ਇਮੀਡੀਏਟ ਕਰਨਾ ਚਾਹੀਏ। ਇੱਕ ਚੌਥੀ ਬਾਤ ਹਮਨੇ ਕੀ ਹੈ ਕਿ ਗਵਰਨਮੈਂਟ ਆਫ ਇੰਡੀਆ ਆਪਣੇ ਕਾਊਂਟਰ ਪਾਰਟ ਪਾਕਿਸਤਾਨ ਗਵਰਨਮੈਂਟ ਸੇ ਬਾਤ ਕਰਕੇ, ਯਹਾਂ ਜੋ ਹਮਾਰਾ ਨਗਰ ਕੀਰਤਨ ਹੈ ਐਜ਼ ਪਰ ਸਿੱਖ ਟ੍ਰੈਡੀਸ਼ਨਸ, ਨਗਰ ਕੀਰਤਨ ਚੱਲ ਹਮ ਲੈ ਕੇ ਜਾਤੇ ਹੈ, ਹਮਨੇ ਨਗਰ ਕੀਰਤਨ ਗੁਰੂ ਨਾਨਕ ਸਾਹਿਬ ਕੇ ਜਨਮ ਸਥਾਨ ਪਰ ਲੈ ਕੇ ਜਾਣਾ ਹੈ। ਸੋ ਹਮਾਰੇ ਜੋ ਇਲੈਕਟਿਡ ਬਾਡੀ ਹੈ, SGPC, DGPC, ਹਮਾਰੇ ਤਖਤ ਕੇ ਜੋ ਹੈ, ਇਹ ਓਫਿਸ਼ਲੀ ਇਨਕੀ ਜ਼ਿੰਮੇਵਾਰੀ ਲਗਾਈ ਜਾਏ ਔਰ ਪਰਮਿਸ਼ਨ ਦਿਲਾਈ ਜਾਏ ਕਿ ਹਮ ਨਗਰ ਕੀਰਤਨ ਵਹਾਂ ਲੈ ਕੇ ਜਾ ਸਕਦੇ।